ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਡਰਾਈਵ थ्रू ਦਾ ਨਾਮ ਸੁਣ ਕੇ ਤੁਹਾਡੇ ਮਨ ਦੇ ਵਿੱਚ ਖਿਆਲ ਆਣਗੇ ਕਿ ਤੁਸੀਂ ਅਗਰ ਪੀਜ਼ਾ ਲੈਂਡ ਜਾਣਾ ਹੈ ਜਾਂ 버ਗਰ ਲੈਂਡ ਜਾਣਾ ਹੈ ਤਾਂ ਤੁਸੀਂ ਡਰਾਈਵ थ्रू ਦੇ ਮਾਧਮ ਨਾਲ ਰਾਹੀ ਜਿਹੜਾ ਗੱਡੀ 'ਚ ਹੀ ਬੈਠੇ-ਬੈਠੇ ਤੁਹਾਨੂੰ ਪੀਜ਼ਾ ਜਾਂ 버ਗਰ ਦੀ ਡਿਲੀਵਰੀ ਮਿਲ ਜਾਂਦੀ ਹੈ ਲੇਕਿਨ ਅੱਜ ਤੋਂ ਤੁਹਾਨੂੰ ਮੁਹਾਲੀ ਦੇ ਵਿੱਚ ਵੈਕਸੀਨੇਸ਼ਨ ਦੀ ਵੀ ਜਿਹੜੀ ਹੈ ਉਹ ਡਰਾਈਵ थ्रू ਫੈਸਿਲਿਟੀ ਮਿਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਡਰਾਈਵ थ्रू ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ ਕਿ ਜਿਹੜਾ ਕਿ ਮੁਹਾਲੀ ਈ ਦੇ ਵਿੱਚ ਤਿਆਰ ਕੀਤਾ ਗਿਆ ਮੋਹਾਲੀ ਪ੍ਰਸ਼ਾਸਨ ਵੱਲੋਂ ਇਹ ਪੂਰਾ ਤੁਸੀਂ ਰਸਤਾ ਦੇਖ ਸਕਦੇ ਹੋ ਕਿ ਇਹ ਡਰਾਈਵ ਥਰੂ ਦਾ ਜਿਹੜਾ ਇੱਕ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ ਗੁਰਦੁਆਰਾ ਸਿੰਘ ਸ਼ਹੀਦਾ ਦੇ ਨਾਲ ਜਿਹੜਾ ਸਪੋਰਟਸ ਕੰਪਲੈਕਸ ਹੈ ਉੱਥੇ ਅੱਜ ਤੋਂ ਇਹਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਮੋਹਾਲੀ ਦੇ ਵਿੱਚ ਦੋ ਜਗ੍ਹਾ ਤੇ ਇਹ ਜਿਹੜੇ ਵੈਕਸੀਨੇਸ਼ਨ ਸੈਂਟਰ ਇਸ ਤਰੀਕੇ ਦੇ ਬਣਾਏ ਗਏ ਨੇ ਕਿ ਤੁਸੀਂ ਇਹ ਜਿਹੜਾ ਉਹ ਗੱਡੀ 'ਚ ਹੀ ਬੈਠੇ ਬੈਠੇ ਹੀ ਤੁਹਾਨੂੰ ਜਿਹੜਾ ਵੈਕਸੀਨੇਸ਼ਨ ਸੈਂਟਰ ਤੇ ਤੁਸੀਂ ਆਣਾ ਤੇ ਤੁਹਾਨੂੰ ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਫਿਰ ਵੈਕਸੀਨੇਸ਼ਨ ਸੈਂਟਰ ਤੇ ਤੁਹਾਡੇ ਜਿਹੜੇ ਡਾਕਟਰਸ ਹੈ ਉਹ ਬਾਹਰ ਆ ਕੇ ਤੁਹਾਨੂੰ ਵੈਕਸੀਨੇਟ ਕਰਨਗੇ ਤੇ ਇਹ ਸਪੋਰਟਸ ਕੰਪਲੈਕਸ ਦੇ ਵਿੱਚ ਜਿਹੜਾ ਇੱਕ ਡਰਾਈ ਥਰੂ ਜਿਹੜਾ ਸੈਂਟਰ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਉਹਦੀ ਅਸੀਂ ਤੁਹਾਨੂੰ ਤਸਵੀਰਾਂ ਵੀ ਖਾ ਰਹੇ ਆ ਤੇ ਕਿਵੇਂ ਇਹ ਸਾਰਾ ਵਰਕ ਕਰ ਰਿਹਾ ਉਹਦੇ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਪੂਰਾ ਵੈਕਸੀਨੇਸ਼ਨ ਡਰਾਈਵ ਜਿਹੜੀ ਹੈਗੀ ਹੈ ਇਹ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਅੱਜ ਤੋਂ ਮੁਹਾਲੀ ਈ ਦੇ ਵਿੱਚ ਫੈਸਿਲਿਟੀ ਜਿਹੜਾ ਲੋਕਾਂ ਨੂੰ ਮਿਲੇਗੀ ਇਹ ਤਸਵੀਰਾਂ ਜਿਹੜੀ ਇਹ ਵੈਕਸੀਨੇਸ਼ਨ ਸੈਂਟਰ ਦੀਆਂ ਤਸਵੀਰਾਂ ਹੈ ਜਿੱਥੇ ਇਹ ਅੱਜ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਤੁਸੀਂ ਵੇਖੋ ਕਿ ਇਹ ਪ੍ਰੋਪਰ ਜਿਹੜੇ ਹੋਲਡਿੰਗਸ ਇੱਥੇ ਲਗਾਏ ਗਏ ਨੇ ਕਿ ਕੀ ਕੀ ਕਿਸਕੇ ਨਾਲ ਇੱਥੇ ਜਿਹੜੀ ਹੈ ਪੂਰੀ ਸੁਵਿਧਾ ਇੱਥੇ ਮਿਲਣੀ ਹੈ ਇਹ ਤਸਵੀਰਾਂ ਤੁਸੀਂ ਵੇਖੋ ਇਹ ਪੂਰਾ ਡਰਾਈਵ ਥਰੂ ਦਾ ਪੂਰਾ ਟਰੈਕ ਹੈ ਜਿਸ ਟਰੈਕ ਤੇ ਬੈੱਕ ਕੇ ਤੁਸੀਂ ਗੱਡੀ ਦੇ ਵਿੱਚ ਆਨੇ ਤੇ ਤੁਹਾਡਾ ਇੱਥੇ ਪੂਰਾ ਵੈਕਸੀਨੇਸ਼ਨ ਹੋਏਗੀ ਇਹ ਇਹ ਮੋਹਾਲੀ ਦੇ ਵਿੱਚ ਦੋ ਥਾਵਾਂ ਤੇ ਅੱਜ ਤੋਂ ਇਹਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਵੈਕਸੀਨੇਸ਼ਨ ਦਾ ਕੰਮ ਉਹ ਜ਼ਿਆਦਾ ਜਿਹੜਾ ਹੋਏ ਤੁਸੀਂ ਸਾਹਮਣੇ ਦੇਖੋ ਕਿ ਤੁਹਾਡੇ ਸਾਹਮਣੇ ਇੱਕ ਰਜਿਸਟ੍ਰੇਸ਼ਨ ਬੂਥ ਹੈ ਇਹ ਰਜਿਸਟ੍ਰੇਸ਼ਨ ਬੂਥ ਤੇ ਆ ਕੇ ਤੁਹਾਡੀ ਪਹਿਲਾਂ ਰਜਿਸਟ੍ਰੇਸ਼ਨ ਹੋਏਗੀ ਗੱਡੀ 'ਚ ਬੈਠੇ-ਬੈਠੇ ਤੁਸੀਂ ਇਹ ਰਜਿਸਟ੍ਰੇਸ਼ਨ ਕਰवानी ਹੈ ਗੱਡੀ ਤੋਂ ਬਾਹਰ ਨਿਕਲਣ ਦੀ ਤੁਹਾਨੂੰ ਲੋੜ ਨਹੀਂ ਹੈ ਤੇ ਗੱਡੀ ਦੇ ਵਿੱਚ ਬੈਠੇ-ਬੈਠੀ ਤੁਹਾਡੀ ਰਜਿਸਟ੍ਰੇਸ਼ਨ ਹੋਏਗੀ ਤੇ ਇੱਥੇ ਡਾਕਟਰ ਦੀ ਜਿਹੜੀ ਟੀਮ ਹੈਗੀ ਹੈ ਉਹ ਤੁਹਾਡੇ ਜਿਹੜੇ ਵੈਕਸੀਨੇਸ਼ਨ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਕਰਨਗੇ ਤੁਹਾਨੂੰ ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਇਹ ਤਸਵੀਰਾਂ ਤੁਸੀਂ ਵੇਖੋ ਕਿ ਇਹ ਜਿਹੜੀ ਇਹ ਤਸਵੀਰਾਂ ਮੋਹਾਲੀ ਦੀ ਹੈਗੀ ਹੈ ਜਿੱਥੇ ਅੱਜ ਤੋਂ ਵੈਕਸੀਨੇਸ਼ਨ ਡਰਾਈਵ ਮੋਹਾਲੀ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਪੂਰੀ ਫੈਸਿਲਿਟੀਆਂ ਤੁਸੀਂ ਦੇਖੋ ਕਿ ਇੱਥੇ ਇਹ ਪ੍ਰੋਪਰ ਇੱਥੇ ਜਿਹੜੀ ਹੈ ਆਧਾਰ ਕਾਰਡ ਲੈ ਕੇ ਪੂਰੀ ਰਜਿਸਟ੍ਰੇਸ਼ਨ ਹੋ ਰਹੀ ਹੈ ਰਜਿਸਟ੍ਰੇਸ਼ਨ ਕਰਾਂ ਤੋਂ ਬਾਅਦ ਜਿਹੜਾ ਤੁਹਾਨੂੰ ਅੱਗੇ ਜਾਣਾ ਹੈ ਜਿੱਥੇ ਅੱਗੇ ਪੂਰਾ ਇਹ ਵੈਕਸੀਨੇਸ਼ਨ ਜਿਹੜੀ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਹੋ ਰਹੀ ਹੈ ਗੱਡੀ ਤੋਂ ਤੁਹਾਨੂੰ ਬਾਹਰ ਆਉਣ ਦੀ ਬਿਲਕੁਲ ਲੋੜ ਨਹੀਂ ਹੈ ਤੇ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਪੂਰਾ ਜਿਹੜਾ ਵੈਕਸੀਨੇਸ਼ਨ ਡਰਾਈਵ ਇੱਥੇ ਚਲਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖੋ ਕਿ ਇਹ ਜਿਹੜਾ ਪੂਰਾ ਡਰਾਈਵ ਗੱਡੀ ਦੇ ਵਿੱਚ ਚੱਲ ਰਹੀ ਹੈਗੀ ਗੱਡੀ ਤੋਂ ਬਾਹਰ ਨਿਕਲ ਕੇ ਤੁਹਾਨੂੰ ਆਨ ਦੀ ਲੋੜ ਨਹੀਂ ਹੈ ਜਿਹੜੇ ਵੀ ਵੈਕਸੀਨ ਕਰਾ ਰਹੇ ਉਹਨਾਂ ਨੂੰ ਗੱਡੀ ਦੇ ਵਿੱਚ ਹੀ ਜਿਹੜੀ ਵੈਕਸੀਨੇਸ਼ਨ ਲਗਾਈ ਜਾਏਗੀ ਇਹ ਤਸਵੀਰਾਂ ਤੁਸੀਂ ਵੇਖੋ ਕਿ ਇਹ ਜਿਹੜੀ ਇਹ ਵੈਕਸੀਨੇਸ਼ਨ ਇਸ ਵੇਲੇ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਜਿਹੜੀ ਹੈ ਉਹ ਲਗਾਈ ਜਾ ਰਹੀ ਹੈ ਜਿਹੜੇ ਵੀ ਪੇਸ਼ੈਂਟਸ ਇੱਥੇ ਆ ਰਹੇ ਨੇ ਜਿਹੜੇ ਵੀ ਰਜਿਸਟ੍ਰੇਸ਼ਨ ਕਰਵਾ ਕੇ ਅੱਗੇ ਆਂਦੇ ਉਹਨਾਂ ਦੀ ਜਿਹੜੀ ਵੈਕਸੀਨੇਸ਼ਨ ਉਹ ਗੱਡੀ ਦੇ ਵਿੱਚ ਬੈਠ ਕੇ ਹੀ ਹੋएगी ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹਾਲਾਂਕਿ ਹਲੇ ਇਹ ਸੁਵਿਧਾ 45 ਸਾਲ ਤੇ ਉੱਪਰ ਦੀ ਜਿਹੜੇ ਲੋਕ ਹੈਗੇ ਜਿਹੜੇ ਰਜਿਸਟ੍ਰੇਸ਼ਨ ਕਰਵਾ ਰਹੇ ਹੈ ਵੈਕਸੀਨੇਸ਼ਨ ਲਈ ਉਹਨਾਂ ਲੋਕ ਦੇ ਲਈ ਇਹ ਸੁਵਿਧਾ ਹਲੇ ਸ਼ੁਰੂ ਕੀਤੀ ਗਈ ਹੈ ਮੋਹਾਲੀ ਪ੍ਰਸ਼ਾਸਨ ਵੱਲੋਂ ਤੇ ਇਹਦਾ ਕਾਫੀ ਚੰਗਾ ਜਿਹੜਾ ਰਿਸਪਾਂਸ ਅੱਜ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਪਹਿਲਾ ਦਿਨ ਹੈ ਪਹਿਲੇ ਦਿਨ ਹੀ ਅੱਜ ਕਾਫੀ ਚੰਗਾ ਇਹਦਾ ਰਿਸਪਾਂਸ ਮਿਲੇ ਹੈ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ ਤੁਸੀਂ ਵੇਖੋ ਕਿ ਇਹ ਇੱਥੇ ਪੂਰੀ ਵੈਕਸੀਨੇਸ਼ਨ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਕਿ ਕਿਵੇਂ ਇਹ ਕੋਈ ਵੀ ਆਂਦਾ ਉਹ ਆਪਣਾ ਇੱਥੇ ਮੈਸੇਜ ਦਿਖਾਉਂਦਾ ਹੈ ਕਿ ਉਹਨਾਂ ਦਾ ਰਜਿਸਟ੍ਰੇਸ਼ਨ ਹੋ ਗਈ ਹੈ ਜਿਹਦੇ ਜਿਹਦੇ ਇਹ ਤਸਵੀਰਾਂ ਤੁਸੀਂ ਵੇਖੋ ਕਿ ਇਹ ਮੈਡਮ ਦੇ ਇੱਥੇ ਜਿਹੜੀ ਇਹਨਾਂ ਨੇ ਆਪਣਾ ਆਧਾਰ ਕਾਰਡ ਦਿਖਾਇਆ ਤੇ ਉਹਨਾਂ ਨੇ ਆਪਣਾ ਉਹ ਦਿਖਾਇਆ ਤੇ ਇਹਨਾਂ ਨੂੰ ਜਿਹੜਾ ਵੈਕਸੀਨੇਸ਼ਨ ਉਹ ਉਹ ਹੋ ਰਹੀ ਹੈ ਤੇ ਇਹ ਤਸਵੀਰਾਂ ਇਹ ਮੁਹਾਲੀ ਦੇ ਜਿਹੜਾ ਸਪੋਰਟਸ ਕੰਪਲੈਕਸ ਦੇ ਵਿੱਚ ਜਿਹੜਾ ਇੱਕ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਉੱਥੀ ਦੀ ਤਸਵੀਰਾਂ ਇਹ ਤੇ ਇਹ ਅਸੀਂ ਗੱਡੀ ਦੇ ਵਿੱਚ ਬੈ ਕੇ ਇਸ ਲਈ ਤੁਹਾਨੂੰ ਦਿਖਾ ਰਿਹਾ ਕਿਉਂਕਿ ਅਸੀਂ ਪੂਰਾ ਤੁਹਾਨੂੰ ਸਮਝਾਉਣ ਦੀ ਆਪਣੇ ਦਰਸ਼ਕਾਂ ਨੂੰ ਕੋਸ਼ਿਸ਼ ਕਰ ਰਹੇ ਕਿ ਕਿਵੇਂ ਇਹ ਪੂਰਾ ਡਰਾਈਵ ਥਰੂ ਵੈਕਸੀਨੇਸ਼ਨ ਡਰਾਈਵ ਅਜ ਤੋਂ ਮੁਹਾਲੀ ਦੇ ਵਿੱਚ ਸ਼ੁਰੂ ਹੋਈ ਹੈ ਜ਼ਿਆਦਾ देर ਰੁਕਣ ਦੀ ਇੱਥੇ ਲੋੜ ਨਹੀਂ ਹੈ ਜਿਹੜੇ ਵੀ ਇੱਥੇ ਆ ਰਹੇ ਨੇ ਉਹਨਾਂ ਨੂੰ ਗੱਡੀ 'ਚ ਹੀ ਬੈ ਕੇ ਫੈਸਿਲਿਟੀ ਮਿਲਣੀ ਹੈ ਗੱਡੀ 'ਚ ਬੈ ਕੇ ਜਿਹੜਾ ਉਹ ਆਪਣੀ ਵੈਕਸੀਨੇਸ਼ਨ ਕਰਵਾ ਸਕਦਾ ਹੈ ਇਹ ਮੁਹਾਲੀ ਦੇ ਵਿੱਚ ਦੋ ਥਾਵਾਂ ਤੇ ਅੱਜ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਇੱਕ ਇੱਥੇ ਸਪੋਰਟਸ ਕੰਪਲੈਕਸ ਜਿਹੜਾ ਕਿ ਗੁਰਦੁਆਰਾ ਸਿੰਘ ਸ਼ਹੀਦਾ ਦੇ ਨਾਲ ਪੈਂਦਾ ਹੈ ਤੇ ਦੂਜਾ ਨਵਾਂ ਨਿਊ ਚੰਡੀਗੜ੍ਹ ਮੁੱਲਾਪੁਰ ਦੇ ਵਿੱਚ ਇੱਕ ਪਿਕੈਪ ਲਿਆ ਜਿਹੜਾ ਓਪਨ ਥੀਏਟਰ ਉੱਥੇ ਇਹ ਫੈਸਿਲਿਟੀ ਹੋਈ ਹੈ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾਦਾ ਕਿ ਹਲੇ ਵੀ ਜਿਹੜੇ ਇਹ ਦੋ ਸ਼ਖਸ ਗੱਡੀ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਇਹ ਵੈਕਸੀਨੇਸ਼ਨ ਗੱਡੀ ਦੇ ਵਿੱਚ ਬੈਠੇ ਬੈਠੇ ਹੋ ਰਹੀ ਹੈ ਇਹ ਸਪੋਰਟਸ ਕੰਪਲੈਕਸ ਮੁਹਾਲੀ ਦੇ ਵਿੱਚ ਅੱਜ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਕਿ ਕਿਵੇਂ ਗੱਡੀ ਤੋਂ ਬਾਹਰ ਤੁਹਾਨੂੰ ਨਿਕਲਣ ਦੀ ਲੋੜ ਨਹੀਂ ਹੈ ਗੱਡੀ 'ਚ ਹੀ ਬੈਠੇ ਬੈਠੇ ਤੁਹਾਨੂੰ ਵੈਕਸੀਨੇਸ਼ਨ ਇੱਥੇ ਲਗਾ ਦਿੱਤੀ ਜਾਏਗੀ ਇਹ ਸ਼ੁਰੂਆਤ ਅੱਜ ਤੋਂ ਕੀਤੀ ਗਈ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੈਕਸੀਨੇਸ਼ਨ ਕਰਾਉਣ ਤੋਂ ਬਾਅਦ ਗੋਲੀਆਂ ਦੇ ਦੋ ਡੋਜ਼ ਜਿਹੜੇ ਆ ਉਹ ਨਾਲ ਦਿੱਤੇ ਜਾ ਰਹੇ ਨੇ ਤੇ ਤਾਂਕਿ ਅਗਰ ਕਿਸੇ ਮਰੀਜ਼ ਨੂੰ ਕੋਈ ਬਾਅਦ ਚ ਕੋਈ ਦਿੱਕਤ ਹੁੰਦੀ ਹੈ ਤੇ ਉਸ ਉਹਨਾਂ ਨੂੰ ਜਿਹੜਾ ਉਹ ਆਪਣੇ ਆਪ ਨੂੰ ਬਚਾ ਸਕਣ ਪੈਰਾਸੀਟਾਮੋਲ ਜਾਂ ਹੋਰ ਜਿਹੜਾ ਐਂਟੀਬਾਇਓਟਿਕ ਹੈ ਉਹਦੀ ਗੋਲੀਆਂ ਦਿੱਤੀਆਂ ਜਾ ਰਹੀਆਂ ਤਸਵੀਰਾਂ ਇਹ ਦੇਖੋ ਤੁਸੀਂ ਕਿ ਇਹ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਵੀ ਖਾ ਰਹੇ ਆਂ ਇਹ ਡਰਾਈਵ ਥਰੂ ਵੈਕਸੀਨੇਸ਼ਨ ਡਰਾਈਵ ਜਿਹੜਾ ਕਿ ਅੱਜ ਤੋਂ ਮੁਹਾਲੀ ਦੇ ਵਿੱਚ ਸ਼ੁਰੂ ਹੋਇਆ ਜਿੱਥੇ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਅੱਜ ਤੋਂ ਲੋਕਾਂ ਨੂੰ ਇਹ ਸਹੂਲਤ ਮਿਲੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਹੋਰ ਸੈਂਟਰ ਜਿਹੜੇ ਆ ਉਹ ਮੁਹਾਲੀ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਜਾਣਗੇ ਮੋਹਾਲੀ ਦੇ ਵਿੱਚ ਅੱਜ ਤੋਂ ਡਰਾਈਵ-ਥਰੂ ਵੈਕਸੀਨੇਸ਼ਨ ਸੈਂਟਰ ਦੀ ਸ਼ੁਰੂਆਤ ਹੋਈ ਹੈ ਡਰਾਈਵ-ਥਰੂ ਦੇ ਨਾਲ ਤੁਹਾਨੂੰ ਹਮੇਸ਼ਾ ਮਨ ਦੇ ਵਿੱਚ ਆਏਗਾ ਕਿ ਡਰਾਈਵ-ਥਰੂ ਦਾ ਜਦੋਂ ਨਾਮ ਆਂਦਾ ਪੀਜ਼ਾ ਜਾਂ 버ਗਰ ਦੀ ਡਿਲੀਵਰੀ ਦਾ ਨਾਮ ਆਂਦਾ ਕਿਉਂਕਿ ਡਰਾਈਵ-ਥਰੂ ਅਕਸਰ ਅਸੀਂ ਵੇਖਦੇ ਹਾਂ ਕਿ ਵੱਡੇ ਜਿਹੜੇ ਪੀਜ਼ਾ 버ਗਰ ਦੀ ਵੱਡੀ ਕੰਪਨੀ ਹੈ ਉੱਥੇ ਡਰਾਈਵ-ਥਰੂ ਦੀ ਫੈਸਿਲਿਟੀ ਮਿਲਦੀ ਹੈ ਕਿ ਗੱਡੀ ਚਾਓ ਤੇ ਗੱਡੀ 'ਚ ਹੀ ਬੈ ਕੇ ਤੁਸੀਂ ਆਰਡਰ ਦਿਓ ਉੱਥੇ ਹੀ ਪੈਸੇ ਦਿਓ ਤੇ ਅਗਲੀ ਖਿੜਕੀ ਤੋਂ ਤੁਹਾਨੂੰ ਤੁਹਾਡੀ ਆਰਡਰ ਦੀ ਡਿਲੀਵਰੀ ਮਿਲ ਜਾਂਦੀ ਹੈ ਅੱਜ ਤੋਂ ਮੋਹਾਲੀ ਦੇ ਵਿੱਚ ਇਸੇ ਤਰੀਕੇ ਦੇ ਇੱਕ ਵੈਕ ਤੁਸੀਂ ਵੇਖੋ ਇਹ ਮੋਹਾਲੀ ਦੇ ਵਿੱਚ ਇੱਕ ਸਪੋਰਟਸ ਕੰਪਲੈਕਸ ਹੈ ਗੁਰਦੁਆਰਾ ਸਿੰਘ ਸ਼ਹੀਦਾ ਦੇ ਨਾਲ ਉੱਥੇ ਅੱਜ ਤੋਂ ਇਹਦੀ ਸ਼ੁਰੂਆਤ ਹੋਈ ਹੈ ਤੇ ਲੋਕਾਂ ਦਾ ਇੱਕ ਵੱਡਾ ਹਜ਼ੂਮ ਅੱਜ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਹਲੇ ਫੈਸਿਲਿਟੀ ਜਿਹੜੀ ਹੈ ਉਹ 45 ਪਲੱਸ ਦੇ ਉੱਪਰ ਦੀ ਜਿਹੜੇ ਜਿਹੜੇ ਲੋਕ ਹੈ ਉਹਨਾਂ ਦੇ ਲਈ ਇਹ ਸ਼ੁਰੂਆਤ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਅੱਗੇ ਵਧਾਇਆ ਜਾਏਗਾ ਤੁਸੀਂ ਦੇਖੋ ਕਿ ਪਹਿਲਾ ਇੱਕ ਰਜਿਸਟ੍ਰੇਸ਼ਨ ਕਾਊਂਟਰ ਹੈ ਉਸ ਤੋਂ ਬਾਅਦ ਅਗਲਾ ਕਾਊਂਟਰ ਇਹ ਹੈ ਜਿੱਥੇ ਇਹ ਵੈਕਸੀਨੇਸ਼ਨ ਲੱਗ ਰਹੀ ਹੈ ਤੁਹਾਨੂੰ ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਗੱਡੀ ਦੇ ਵਿੱਚ ਬੈਠੇ ਇੱਥੇ ਹੀ ਜਿਹੜਾ ਉਹ ਵੈਕਸੀਨੇਸ਼ਨ ਲਗਾਈ ਜਾਏਗੀ ਇਹ ਤੇ ਤਸਵੀਰਾਂ ਦੇਖੋ ਤੁਸੀਂ ਕਿ ਕਿਵੇਂ ਇੱਥੇ ਪੂਰਾ ਜਿਹੜਾ ਵੈਕਸੀਨੇਸ਼ਨ ਉਹ ਚੱਲ ਰਹੀ ਹੈ ਤੇ ਇੱਥੇ ਬਹਿ ਕੇ ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਸਭ ਤੋਂ ਅਹਿਮ ਚੀਜ਼ ਇਸ ਵੈਕਸੀਨੇਸ਼ਨ ਸੈਂਟਰ ਦੀ ਇਹ ਹੈ ਕਿ ਜਿਆਦਾ ਲੋਕਾਂ ਦੇ ਕੰਟੈਕਟ ਦੇ ਵਿੱਚ ਨਹੀਂ ਤੁਸੀਂ ਆਓਗੇ ਆਪਣੀ ਗੱਡੀ ਦੇ ਵਿੱਚ ਬੈਠੇ ਬੈਠੇ ਹੀ ਤੁਹਾਨੂੰ ਜਿਹੜੀ ਹੈ ਉਹ ਵੈਕਸੀਨੇਸ਼ਨ ਲੱਗੇਗੀ ਇਹ ਦੇਖੋ ਤੁਸੀਂ ਕਿ ਇੱਥੇ ਪ੍ਰੋਪਰ ਵੈਕਸੀਨੇਸ਼ਨ ਜਿਹੜੀ ਗੱਡੀ ਦੇ ਵਿੱਚ ਬੈਕਹੀ ਹੋਰੀ ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਤੇ ਤੇ ਇਹ ਤਸਵੀਰਾਂ ਜਿਹੜੀ ਹੈਗੀ ਹੈ ਇਹ ਮੁਹਾਲੀ ਦੇ ਜਿਹੜੀ ਹੈ ਇਹ ਵੈਕਸੀਨੇਸ਼ਨ ਸੈਂਟਰ ਦੀ ਹੈ ਜਿੱਥੇ ਇਹ ਜਿਹੜੀ ਫੈਸਿਲਿਟੀ ਅੱਜ ਤੋਂ ਇੱਥੇ ਸ਼ੁਰੂਆਤ ਹੋਈ ਦੋ ਥਾਵਾਂ ਤੇ ਇਹ ਜਿਹੜੀ ਇਹ ਵੈਕਸੀਨੇਸ਼ਨ ਸੈਂਟਰ ਅੱਜ ਤੋਂ ਚਲਾਇਆ ਜਾ ਰਿਹਾ ਇੱਕ ਇੱਥੇ ਤੇ ਦੂਜਾ ਨਿਊ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਇੱਕ ਹੋਰ ਇਸ ਵੈਕਸੀਨੇਸ਼ਨ ਸੈਂਟਰ ਦੀ ਜਿਹੜੀ ਹੈ ਉਹ ਯੂਐਸਪੀ ਕਹਿ ਸਕਦੇ ਕਿ ਜਿਵੇਂ ਬਾਰਿਸ਼ ਦਾ ਮੌਸਮ ਹੈ ਬਾਰਿਸ਼ ਦੇ ਨਾਲ ਲੋਕ ਭਿੱਜ ਜਾਂਦੇ ਆ ਇੱਥੇ ਭਿੱਜਣ ਦੀ ਵੀ ਲੋੜ ਨਹੀਂ ਕਿਉਂਕਿ ਆਪਣੀ ਗੱਡੀ ਦੇ ਵਿੱਚ ਆ ਕੇ ਹੀ ਉਹਨਾਂ ਨੂੰ ਵੈਕਸੀਨੇਸ਼ਨ ਨਹੀਂ ਗੱਡੀ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਸਾਡੇ ਨਾਲ ਇੱਥੇ ਤੇ ਹੋ ਜੀ ਕਹਿ ਕੇ ਗੱਲ ਕਰਦੇ ਆਪਣੇ ਨਾਮ ਦੱਸੋ ਜੀ ਅਕਸ਼ੇ ਬੰਸਲ ਨਾਮ ਹੈ ਜੀ ਮੇਰਾ ਅਕਸ਼ੇ ਕਿਹੜੀ ਐਨਜੀਓ ਹੈ ਆਪਣੀ ਸਾਡੀ ਜੀ ਹੁੱਕਾ ਐਨਜੀਓ ਹੈ ਵੀ 4 ਵੀ ਹੈ ਤੇ ਇਪਸਮ ਇੰਟਰਨੈਸ਼ਨਲ ਤਿੰਨ ਐਸੋਸੀਏਸ਼ਨ ਨੇ ਸਾਡੀਆਂ ਤਿੰਨ ਐਨਜੀਓਜ਼ ਨੇ ਜਿਨ੍ਹਾਂ ਨੇ ਅਸੀਂ ਮੁਹੱਲੀ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲ ਕੀਤੀ ਇੱਥੇ ਡੀਸੀ ਸਾਹਿਬ ਦੇ ਨਾਲ ਤੇ ਉਹਨਾਂ ਨੇ ਸਾਨੂੰ ਪਰਮਿਟ ਪਰਮਿਟ ਕੀਤਾ ਇੱਥੇ ਇਸ ਤਰੀਕੇ ਦੇ ਇਨੀਸ਼ੀਏਟ ਨੂੰ ਜ਼ਮੀਨ ਤੇ ਤਾਰਿਆ ਉਹਨਾਂ ਨੇ ਤੇ ਅੱਜ ਅਸੀਂ ਇਸ ਦਾ ਪਹਿਲਾ ਦਿਨ ਸੀ ਅੱਜ ਸਵੇਰੇ 10 ਵਜੇ ਅਸੀਂ ਇਹਨੂੰ ਸ਼ੁਰੂ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਕਿ ਮੀ ਪੈ ਰਿਹਾ ਪਰ ਕਿਸੇ ਵੀ ਤਰੀਕੇ ਦੇ ਵਿੱਚ ਵੈਕਸੀਨ ਲੱਗਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਲੋਕਾਂ ਸਾਡੇ ਵਲੰਟੀਅਰਸ ਦੇ ਜੋਸ਼ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਨਾ ਵੈਕਸੀਨ ਲਵਾਉਣ ਵਾਲਾ ਦੇ ਜੋਸ਼ ਦੇ ਵਿੱਚ ਕਮੀ ਹੈ ਕਿਉਂਕਿ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਸੇਫ ਆ ਸਭ ਤੋਂ ਵੱਡੀ ਸੇਫਟੀ ਕੀ ਹੈ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਹਮ ਹੈ ਕਿ ਮੈਂ ਵੈਕਸੀਨ ਲਗਵਾਉਣ ਵਾਸਤੇ ਜਾਊਂਗਾ ਕਿਤੇ ਮੈਂ ਵੈਕਸੀਨ ਲਵਾਣ ਜਾਵਾਂ ਤੇ ਮੈਂ ਕਿਤੇ ਕਰੋਨਾ ਪੋਜ਼ਿਟਿਵ ਹੋ ਕੇ ਘਰੇ ਨਾ ਆ ਜਾਵਾਂ ਇਹ ਬਹੁਤ ਵੱਡਾ ਪੁਆਇੰਟ ਸੀਗਾ ਇਹ ਚੀਜ਼ ਦੇ ਨੂੰ ਇਹੀ ਚੀਜ਼ ਵੇਖਦੇ ਹੋ ਜਿੱਦਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਵੀ ਆਪਾਂ ਚੀਜ਼ਾਂ ਵੇਖਦੇ ਸੀਗਾ ਅਸੀਂ ਵੀ ਆਪਣੇ ਮਾਪੇ-ਮਾਪ ਦੇ ਟੀਕੇ ਲਵਾਉਣ ਵਾਸਤੇ ਗਏ ਸੀ ਕਿਉਂਕਿ 45 ਸਾਲ ਤੋਂ ਵੱਧ ਦੇ ਸਰਕਾਰ ਟੀਕਾ ਲਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਹਰ ਬੰਦੇ ਨੇ ਸਵਾਗਤ ਕੀਤਾ ਹੈ ਪਿਛਲੇ 3.5 ਘੰਟਿਆਂ ਤੋਂ ਇਹ ਚੱਲ ਰਹੀ ਹੈ ਤੇ ਮੋਰ ਦੈਨ 300 ਤੋਂ ਵੱਧ ਡੋਜ਼ਾਂ ਲੋਕਾਂ ਦੇ ਲੱਗ ਚੁੱਕੀਆਂ ਨੇ ਤੇ ਬਹੁਤ ਹੀ ਜਲਦੀ ਬਹੁਤ ਹੀ ਸੇਫ ਤਰੀਕੇ ਨਾਲ ਇੰਜੈਕਸ਼ਨਸ ਲੱਗ ਰਹੇ ਨੇ ਸਾਡਾ ਉਹ ਰਜਿਸਟ੍ਰੇਸ਼ਨ ਕਾਊਂਟਰ ਆ ਰਜਿਸਟ੍ਰੇਸ਼ਨ ਕਾਊਂਟਰ ਦੇ ਉੱਤੇ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਤੁਸੀਂ ਆਹ ਵੇਖ ਸਕਦੇ ਹੋ ਕਿ ਸਾਡੇ ਜਿਹੜੇ ਫਰੰਟਲਾਈਨ ਵਰਕਰਸ ਨੇ ਮਾਸਕ ਲੱਗੇ ਹੋਏ ਨੇ ਤੇ ਬਹੁਤ ਸੇਫ ਤਰੀਕੇ ਨਾਲ ਗੱਡੀ 'ਚ ਬੈਠੇ ਬੈਠੇ ਟੀਕਾ ਲਾ ਰਹੇ ਨੇ ਇਹ ਨਾਰਥ ਇੰਡੀਆ ਦੇ ਵਿੱਚ ਪਹਿਲਾ ਤੇ ਯੂਨੀਕ ਤਰੀਕਾ ਤੁਸੀਂ ਵੇਖ ਰਹੇ ਹੋ ਤੇ ਆ ਪੁੱਛ ਸਕਦੇ ਤੁਸੀਂ ਜਿੱਦਾਂ ਸਾਡੀ ਆਂਟੀ ਜੀ ਨੇ ਇਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋਇਆ ਆਂਟੀ ਇਹ ਤੁਸੀਂ ਲਗਵਾਇਆ ਗੱਡੀ 'ਚ ਬੈਠੇ ਬੈਠੇ ਕਿਸੇ ਕੇਤੇ ਲੱਗੀ ਹੈ ਜੀ ਇਹ ਫੈਸਿਲਿਟੀ ਵਧੀਆ ਫਰਸਟ ਕਲਾ ਬਹੁਤ ਵਧੀਆ ਇਹ ਸੇਫ ਸੇਫਸਟ ਤਰੀਕਾ ਹੈਗਾ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਕੋਈ ਕੰ ਇਹ ਤੁਸੀਂ ਵੀ ਲਗਵਾਇਆ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਕੰਟੈਕਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੱਕ ਡਰ ਅੱਜ ਕੱਲ੍ਹ ਲੋਕਾਂ ਦੇ ਵਿੱਚ ਫੈਇਆ ਹੈ ਅਗਰ ਹਸਪੀਟਲ ਜਾਵਾਂਗੇ ਹਸਪੀਟਲ ਜਾ ਕੇ ਕਿੱਥੇ ਪੋਜ਼ਿਟਿਵ ਨਾ ਹੋ ਜਾਈਏ ਉਹਦਾ ਉਹਦਾ ਬਚਾਅ ਹੋਏਗਾ ਉਹਦਾ ਵੀ ਬਚਾਅ ਹੋਏਗਾ ਜੀ ਬਹੁਤ ਬਹੁਤ ਅੱਛੀ ਚੀਜ਼ ਹੈ ਬਹੁਤ ਅੱਛੀ ਚੀਜ਼ ਇਟਸ ਵੈਰੀ ਗੁੱਡ ਸੋ ਅਖੇ ਇੱਕ ਚੀਜ਼ ਹੋਰ ਜਿਵੇਂ ਤੁਸੀਂ ਦੱਸਿਆ ਕਿ ਇਹ ਪਹਿਲਾਂ ਰਜਿਸਟ੍ਰੇਸ਼ਨ ਕਰवानी ਹੈ ਰਜਿਸਟ੍ਰੇਸ਼ਨ ਦੇ ਵਿੱਚ ਕੀ ਕੀ ਹੋਏਗਾ ਕਿੰਨੀ ਦੇਰ ਦਾ ਪ੍ਰੋਸੈਸ ਹੈ ਪੂਰਾ ਕਰ ਇਹਦੇ ਬਾਰੇ ਜਿੱਦਾਂ ਤੁਸੀਂ ਦੇਖ ਸਕਦੇ ਤੇ ਹੁਣ ਵੀ ਗੱਡੀਆਂ ਦੀ ਲਾਈਨਾਂ ਸੀ ਪਿੱਛੇ ਰੋਕੀਆਂ ਵੀ ਹੋਈਆਂ ਨਾਗੀਆਂ ਤੇ ਰਜਿਸਟ੍ਰੇਸ਼ਨ ਦਾ ਕੋਈ ਬਹੁਤ ਵੱਡਾ ਸਮਾਂ ਨਹੀਂ ਲੱਗਦਾ ਸਿਰਫ 1 ਮਿੰਟ ਲੱਗਦਾ ਹੈ ਰਜਿਸਟ੍ਰੇਸ਼ਨ ਕਰਾਉਣ ਦੇ ਵਿੱਚ ਉੱਥੇ ਤੁਸੀਂ ਰੁਕਿਆ ਸਿਰਫ ਆਪਣਾ ਆਧਾਰ ਕਾਰਡ ਵਿਖਾਇਆ ਬੰਦੇ ਨੇ ਆਪਣੀ ਪ੍ਰੋਪਰ ਜਿਹੜੀ ਐਂਟਰੀਜ਼ ਅਸੀਂ ਆਫਲਾਈਨ ਕਰ ਰਹੇ ਹਾਂ ਆਫਲਾਈਨ ਐਂਟਰੀਜ਼ ਕਰਕੇ ਅਸੀਂ ਬਾਅਦ ਦੇ ਵਿੱਚ ਐਸਐਮਓ ਸੀਐਮਓ ਸਾਹਿਬ ਨੂੰ ਅਸੀਂ ਪੂਰਾ ਡਾਟਾ ਦੇ ਦਾਂਗੇ ਸ਼ਾਮ ਤੱਕ ਉਹ ਡਾਟਾ ਅਪਲੋਡ ਹੋ ਕੇ ਸਭ ਦੇ ਮੋਬਾਈਲ ਦੇ ਉੱਤੇ ਮੈਸੇਜ ਚਲਾ ਜਾਊਗਾ ਕਿ ਅੱਜ ਦੀ ਤਰੀਕ ਨੂੰ ਇਹਨਾਂ ਦੇ ਕੋਈ ਵੀ ਸ਼ੀਲਡ ਵੈਕਸੀਨ ਲੱਗ ਚੁੱਕੀ ਹੈ ਤੇ ਉਹ ਮੈਸੇਜ ਉਹਨਾਂ ਦਾ ਪ੍ਰੂਫ ਹੋਊਗਾ ਕਿ ਨੈਕਸਟ ਵੈਕਸੀਨ ਜੋ ਲਗਵਾਨ ਜਾਣੀ ਹੈ ਤਾਂ ਉਹ ਸ਼ੋਅ ਕਰਨਗੇ ਤੇ ਉਹਨਾਂ ਦੀ ਕਿਤੇ ਵੀ ਅਸੀਂ ਅਸੀਂ ਤਾਂ ਕਰਦੇ ਹੀ ਰਹਾਂਗੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਜਦ ਤੱਕ ਸਾਨੂੰ ਵੈਕਸੀਨ ਮਿਲਦੀ ਰਹੂਗੀ ਮਹੀਨਾ 2 ਮਹੀਨੇ 6 ਮਹੀਨੇ ਅਸੀਂ ਸਭ ਲੋਕ ਇਹ ਕੰਮ ਕਰਦੇ ਰਹਾਂਗੇ ਤੇ ਹਲੇ ਸਿਰਫ 45 ਪਲੱਸ ਨੂੰ ਇੱਥੇ ਸਰਕਾਰ ਦੀ ਜੋ ਹਦਾਇਤਾਂ ਸੀ ਉਹੀ ਫਾਲੋ ਕਰ ਰਹੇ ਹਾਂ ਜੀ 45 ਪਲੱਸ ਵਾਸਤੇ ਸਰਕਾਰ ਦੀ ਹਦਾਇਤ ਹੈ ਤਾਂ ਅਸੀਂ ਕਿਸੇ ਥੱਲੇ ਵਾਲੇ ਬੰਦੇ ਨੂੰ ਲਾ ਨਹੀਂ ਸਕਦੇ ਹਲੇ ਸਿਰਫ ਇਸੀ ਜਗ੍ਹਾ ਹੋ ਰਹੀ ਹੈ ਜਾਂ ਹੋਰ ਵੀ ਥਾਵਾਂ ਤੇ ਡਰਾਈਵ ਥਰੂ ਇੱਥੇ ਹੋ ਰਹੀ ਹੈ ਸਰਕਾਰ ਸਾਨੂੰ ਹੋਰ ਜਗ੍ਹਾ ਅਲੋਟ ਕਰੂਗੀ ਅਸੀਂ ਹੋਰ ਸਾਡੀ ਐਨਜੀਓਸ ਪ੍ਰੋਪਰ ਸਾਰੇ ਵਲੰਟੀਅਰ ਸਾਡੇ ਰੈਡੀ ਨੇ ਕੰਮ ਕਰਨ ਦੇ ਲਈ ਸਰਕਾਰ 바 ਸਾਨੂੰ ਵੈਕਸੀਨ ਮੁਹੱਈਆ ਕਰਾਵੇ ਤੇ ਇੱਕ ਪਲੇਸ ਦਵੇ ਅਸੀਂ ਕੰਮ ਕਰਨ ਨੂੰ ਤਿਆਰ ਆ ਸਾਰੇ ਲੋਕ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਤੁਸੀਂ ਸੁਣਿਆ ਕਿ ਇੱਥੇ ਇੱਕ ਵੱਡਾ ਇੱਕ ਹੁਲਾਰਾ ਅੱਜ ਤੋਂ ਮਿਲਿਆ ਹੈ ਕਿਉਂਕਿ ਇੱਕ ਵੱਡੀ ਇੱਕ ਨਵੀਂ ਚੰਗੀ ਸਕੀਮ ਅਗਰ ਕਹੀਏ ਤੇ ਲੋਕਾਂ ਦੇ ਲਈ ਇੱਥੇ ਸ਼ੁਰੂ ਕੀਤੀ ਗਈ ਹੈ ਵੈਕਸੀਨੇਸ਼ਨ ਹਰ ਕਿਸੇ ਨੇ ਕਰवानी ਹੈ ਤੇ ਹਰ ਕਿਸੇ ਲਈ ਲਾਜ਼ਮੀ ਵੀ ਹੈਗੀ ਹੈ ਤੇ ਜਿਸ ਨੂੰ ਦੇਖਦੇ ਹੋਏ ਇੱਕ ਐਨਜੀਓ ਵਾਲੇ ਜਿਹੜਾ ਸਾਰਾ ਉਪਰਾਲਾ ਕੀਤਾ ਗਿਆ ਹੈ ਕਿ ਮੋਹਾਲੀ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਡਰਾਈਵ ਥਰੂ ਵੈਕਸੀਨੇਸ਼ਨ ਸੈਂਟਰ ਬਣਾਇਆ ਹੈ ਤੇ ਇੱਕ ਚੰਗਾ ਅਗਰ ਕਹੀਏ ਤੇ ਦੀ ਸ਼ੁਰੂਆਤ ਵੀ ਹੈਗੀ ਅੱਜ ਤੋਂ ਦੀ ਸ਼ੁਰੂਆਤ ਹੋਈ ਹੈ ਤੇ ਕਾਫੀ ਚੰਗਾ ਰਿਸਪੌਂਸ ਇਹਨਾਂ ਨੂੰ ਮਿਲ ਰਿਹਾ ਹੈ ਜਿਹੜਾ ਵੀ ਵਿਅਕਤੀ ਇੱਥੇ ਆਏਗਾ ਹਾਲਾਂਕਿ ਹਲੇ 45 ਸਾਲ ਦੇ ਉੱਪਰ ਵਾਲੇ ਆ ਰਹੇ ਨੇ ਉਹਨਾਂ ਦੇ ਗੱਡੀ ਦੇ ਵਿੱਚ ਬੈਠੇ ਬੈਠਾ ਰਜਿਸਟ੍ਰੇਸ਼ਨ ਹੋਏਗੀ ਉਸ ਤੋਂ ਬਾਅਦ ਇੱਥੇ ਆ ਕੇ ਉਹਨਾਂ ਦਾ ਜਿਹੜਾ ਵੈਕਸੀਨ ਹੋਏਗੀ ਸਿਰਫ ਜ਼ਿਆਦਾ ਤੋਂ ਜ਼ਿਆਦਾ ਤਿੰਨ ਤੋਂ 4 ਮਿੰਟ ਦਾ ਸਮਾਂ ਜਿਹੜਾ ਇਸ ਵੈਕਸੀਨੇਸ਼ਨ ਸੈਂਟਰ ਤੇ ਲੱਗ ਰਿਹਾ ਜਿੱਥੇ ਲੋਕਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਾਈ ਜਾ ਰਹੀ ਹੈ ਕਿ ਹਸਪਤਾਲਾ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਆ ਤੇ ਪੂਰਾ ਪੂਰਾ ਦਿਨ ਖੜਨ ਤੋਂ ਬਾਅਦ ਉਹਨਾਂ ਨੂੰ ਨੰਬਰ ਨਹੀਂ ਆ ਪਾਂਦਾ ਉੱਥੇ ਹੋਰ ਇੱਕ ਖਤਰਾ ਹੁੰਦਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਅਗਰ ਲਾਈਨਾਂ ਦੇ ਵਿੱਚ ਖੜੇ ਹੈ ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਉੱਥੇ ਅਗਰ ਕੋਈ ਪੋਜ਼ਿਟਿਵ ਨਿਕਲ ਆਇਆ ਤਾਂ ਅਗਰ ਉਹਦੇ ਸੰਪਰਕ ਦੇ ਵਿੱਚ ਆਏ ਤਾਂ ਹੋਰ ਲੋਕਾਂ ਦੇ ਵਿੱਚ ਵੀ ਮੰਨ ਦੇ ਵਿੱਚ ਡਰ ਰਹੇ ਇੱਥੇ ਉਸ ਚੀਜ਼ ਦਾ ਸਭ ਤੋਂ ਵੱਡਾ ਬਚਾਅ ਹੈ ਕਿ ਲੋਕਾਂ ਨੂੰ ਆਪਣੀ ਗਾਨੀ ਤੇ ਇੱਥੋਂ ਨਿਕਲ ਜਾਣਾ ਮੋਹਾਲੀ ਤੋਂ ਕਮੇਰੇਮਨ ਪ੍ਰਵੀਨ ਪਾਂਡੇ ਦੇ ਨਾਲ ਅਨਕੁਸ਼ ਮਹਾਜਨ ਦੈਨਿਕ ਸਵੇਰਾ ਟੀਮ ਮੀਆਂ ਰਫੀਕ ਮੁਹੰਮਦ ਸਾਰੀਆਂ ਥਾਵਾਂ ਤੋਂ ਮਾਇੂਸ ਅਤੇ ਨਿਰਾਸ਼ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 121% ਦੀ ਗਾਰੰਟੀ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਬਨ ਜਾਦੂ ਟੋਣਾ ਮਣਮੋਣੀ ਵਸ਼ੀਕਰਨ ਕਰਵਾਓ ਜਲ ਤੁੜਵਾਓ ਰੁੱਸੇ ਨੂੰ ਮਣਾਉਣਾ ਮੋਬਾਈਲ 84374 94647 837492643 ਬਾਬਤ ਸੁਲਤਾਨ ਬੰਗਾਲੀ ਇੱਕੀ ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਤੇ ਮਾਇੂਸ ਹੋਣ ਵਾਲੀ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਟੋਪਨ ਚੈਲੰਜ ਇਲਮਾ ਦੀ ماہر r to z ਸਮਸਿਆ ਦਾ ਫੋਨ ਤੇ ਘਰ ਬੈਠੇ ਕਰਵਾਓ ਹਲ ਵਸ਼ਿਕਰਣ ਅਤੇ ਮੁਟਕਰਨੀ ਲੰਬ ਮੈਰਿਜ ਸੋਤਨ ਅਤੇ ਦੁਸ਼ਮਨ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹਲ 101% ਗਾਰੰਟੀ ਸਟੈਂਪ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਦੀ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ